ਕੋ ਦਿਵਾਲੀ ਤਾਂ ਮਨਾਉਂਦੇ ਤਾਂ ਲੋਕੀ ਘਰਾਂ ਚ ਹੁੰਦੇ ਨੇ ਜੀ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਔਰਤਾਂ ਦੀ ਭੈਣਾਂ ਦੀ ਮਜਬੂਰੀ ਬਣਾਤੀ ਸਾਲੋਂ ਨਹੀਂ ਦੀ ਸਮਾਂ ਵੀ ਐਨਾ ਵੀ ਇਹ ਸਰਕਾਰ ਐਨਾ ਚੱਲੂ ਵੀ ਨਿਮੇੜੂਗੀ ਪਰ ਜਿਹੜੀ ਆਮ ਲੋਕਾਂ ਦੀ ਕਹਿੰਦੇ ਹੁੰਦੇ ਸਰਕਾਰ ਸੀ ਪਰ ਸਰਕਾਰ ਨੇ ਬੜੀ ਹਿੰਡ ਫੜੀ ਐ ਢਾਲੀਆਲ ਵੱਲੋਂ ਵੀ ਬਿਆਨ ਆਇਆ ਵੀ ਵੱਡੀ ਜੰਗ ਲੱਗਣੀ ਐ ਜੰਗ ਵੀ 10000 ਅਸੀਂ ਕੰਮ ਮੁਲਾਜ਼ਮ ਤਣਾਤ ਕਰਤੇ ਦੇ ਉੱਤੇ ਪਰਾਲੀ ਵਾਲੀ ਜੰਗ ਤੇ ਵੀ ਇੱਕ ਪਾਸੇ ਤਾਂ ਤੁਸੀਂ ਕਹੀ ਜਾਂਦੇ ਹੋ ਅਸੀਂ ਇੰਨਾ ਸਾਧਨ ਕਰ ਲਏ ਕਿਸਾਨਾਂ ਨੂੰ ਸੁਪਰ ਸੈਕਟਰ ਦੇਤੇ ਬਹੁਤ ਸਬਸਿਡੀ ਬਹੁਤ ਦੇਤੀ ਇੱਕ ਪਾਸੇ ਅਸੀਂ ਪਰਾਲੀ ਵਾਲੀਆਂ ਮਸ਼ੀਨਰੀ ਗੰਢਾਂ ਵਾਲੀ ਬਣਾ ਲਈ ਉਹ ਵੱਡੇ ਵੱਡੇ ਪ੍ਰੋਜੈਕਟ ਵੀ ਲਵਾਤੇ ਇੱਕ ਪਾਸੇ ਫਿਰ ਜੰਗ ਵਾਲੀ ਗੱਲ ਕਿਉਂ ਆਈ ਵੀ ਇਹ ਲਵਜ ਕਿਉਂ ਫਿਰ ਵਿਚ ਆਮ ਆਦਮੀ ਪਾਰਟੀ ਦੇ ਆਗੂ ਵੀ ਕਹਿ ਰਹੇ ਨੇ ਕਿ ਵਿਰੋਧੀ ਪਾਰਟੀਆਂ ਨੇ ਜਿਹੜੀ ਕਿਤੇ ਨਾ ਕਿਤੇ ਉਗਰਾਹਾਂ ਗਰੁੱਪ ਨੂੰ ਸ਼ਹਿ ਦੇਤੀ ਜਾਨ ਬੁੱਝ ਕੇ ਸਰਕਾਰ ਨੂੰ ਬਦਨਾਮ ਕਰ ਰਹੇ ਨੇ ਸਾਨੂੰ ਤਾਂ ਥੋੜਾ ਸਮਾਂ ਹੋਇਆ ਕਿਉਂਕਿ ਅਸੀਂ ਵਰੀਕੀ ਚ ਜਾ ਕੇ ਕਿਸਾਨਾਂ ਦੇ ਮਸਲੇ ਬਾਰੇ ਵੀ ਸੋਚ ਰਹੇ ਹਾਂ ਵੱਡੇ ਫੇਰ ਬਦਲ ਲਿਆ ਰਹੇ ਹਾਂ ਵੀ ਪਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੀ ਕੋਈ ਗੜਬੜ ਕੀਤੀ ਆ ਤਾਂ ਹੋ ਰਿਹਾ ਕੰਮ ਜੀ ਕੱਲ ਦਾ ਅਸੀਂ ਮੀਡੀਆ ਤੋਂ ਵੀ ਬਿਆਨ ਸੁਣਿਆ ਵੀ ਮੁੱਖ ਮੰਤਰੀ ਉਧਰੋਂ ਸਰਕਾਰ ਦਾ ਇਹ ਬਿਆਨ ਆਇਆ ਵੀ ਇਹ ਤਾਂ ਐਵੇਂ ਬੈਠੇ ਨੇ ਹੋਰ ਤਾਂ ਮੰਗਾਂ ਦਾ ਸਾਰੀਆਂ ਮੰਨ ਲੀਆਂ ਸੀ ਇਹ ਤਾਂ ਅਸਲੀ ਦੀ ਮੰਗ ਕਰਦੇ ਨੇ ਕਹਿੰਦੇ ਅਸਲੀ ਨਾਲ ਕੀ ਅਸੀਂ ਪਾਕਿਸਤਾਨ ਨਾਲ ਲੜਾਂ ਗਰੋਣੀਆਂ ਉਹਨਾਂ ਨੇ ਆਖਿਆ ਵੀ ਤੁਸੀਂ ਅਸੀਂ ਸਿਰਨੀਮਾ ਕਰਦੇ ਤੁਸੀਂ ਸਾਡੇ ਤੇ 75 ਕਿੱਟਾ ਪਜੋ ਚਾਹੀਏ ਸਾਨੂੰ ਕੋਈ ਤਖਲੀਫ ਨਹੀਂ ਪਰ ਤੁਹਾਨੂੰ ਕੰਡੇ ਜਿੰਨਾ ਦੁੱਖ ਨਹੀਂ ਹੋਣਦਾ ਛੋਡੇ ਬੱਚੇ ਨਹੀਂ ਹੈਗੇ ਸਾਡੇ ਬੱਚੇ ਨੇ ਕੋਲੋਨੀ ਤੁਹਾਡੀ ਨਹੀਂ ਹੁਣ ਸਾਡੀ ਹੈ ਤੁਹਾਨੂੰ ਕੋਈ ਤਤੀ ਵਾਹਣ ਲੱਗਣਦੇ ਹੈਗੇ ਸਾਨੂੰ ਲੰਮਾ ਘੱਟ ਕੇ ਦਿਓ ਪਰ ਅਸੀਂ ਤੁਹਾਡੇ ਬਾਅਦ ਸਾਰਾ ਹੱਲ ਕਰਾਂਗੇ ਪਹਿਲਾਂ ਨਹੀਂ ਤੁਸੀਂ ਕੋਈ ਗੌਰ ਕਰੀ ਸੀ ਪਹਿਲਾਂ ਦਿੱਕਤ ਆਈ ਉਹਨਾਂ ਨੂੰ ਪਹਿਲੇ ਹਫ਼ਤੇ ਜਨ ਕਿ ਨਹੀਂ ਕੋਈ ਟਿਕਾਸੀ ਦਿੱਕਤ ਨਹੀਂ ਕੋਈ ਆਉਣ ਸੀ ਉਹਨਾਂ ਨੂੰ ਡਰ ਪੈਦਾ ਹੋ ਗਿਆ ਵੀ ਵੱਡਾ ਮੋਰਚਾ ਲੱਗ ਜਾਂਦਾ ਰੋਜ਼ ਇਕੱਠ ਬਧੀ ਜਾਂਦਾ ਇਹ ਤਾਂ ਹੋਊਗਾ ਹੀ ਸੰਘਟ ਵੀ ਇਧਰ ਪੁਲਿਸ ਨੇ ਪੁਲਿਸ ਨੇ ਕੀ ਕੀਤਾ ਹੁਣ ਬੈਰੀਕੇਡ ਸਾਰੇ ਬੰਦ ਕਰ ਦਿੱਤੇ ਐਨ ਸੀਲ ਕਰ ਦਿੱਤੀ ਕੋਲੋਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਪੂਰੇ ਦੇਸ਼ 'ਚ ਦੀਵਾਲੀ ਦਾ ਤਿਹਾਰ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਵਿੱਚ ਦੀਵਾਲੀ ਆ ਦੀਵਾਲੀ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਪਰ ਅਸੀਂ ਮੌਜੂਦ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਵਿਖੇ ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ 9 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਧਰਨੇ ਦੀ ਸ਼ੁਰੂਆਤ ਕੀਤੀ ਗਈ ਅੱਜ 14ਵਾਂ ਦਿਨ ਚੱਲ ਰਿਹਾ ਇਸ ਵਾਰ ਕਿਸਾਨ ਕਹਿ ਰਹੇ ਨੇ ਕਿ ਅਸੀਂ ਦੀਵਾਲੀ ਇੱਥੇ ਹੀ ਮਨਾਵਾਂਗੇ ਅਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਲਗਾਤਾਰ ਹਰ ਰੋਜ਼ ਸਟੇਜ ਲੱਗਦੀ ਆ ਸੰਬੋਧਨ ਹੁੰਦਾ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਵੀ ਰਿਹਾ ਤੇ ਆਗੂਆਂ ਨਾਲ ਗੱਲਬਾਤ ਵੀ ਕਰਾਵਾਂਗੇ ਆਗੂ ਮੌਜੂਦ ਨੇ ਜ਼ਿਲ੍ਹੇ ਦੇ ਆਗੂ ਸੂਬੇ ਦੇ ਆਗੂ ਪੂਰੇ ਪੰਜਾਬ ਦੇ ਆਗੂ ਹਰ ਰੋਜ਼ ਇੱਥੇ ਪਹੁੰਚਦੇ ਨੇ ਸੰਬੋਧਨ ਕਰਦੇ ਨੇ ਗੱਲਬਾਤ ਕਰਦੇ ਨੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਪਰ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਹਿ ਰਹੇ ਸਨ ਉਹਨਾਂ ਦੇ ਬਿਆਨ ਆਏ ਕਿ ਅਸੀਂ ਮੰਗਾਂ ਦੀ ਹਾਮੀ ਭਰੀ ਕਿ ਕੋਈ ਗੱਲ ਨਹੀਂ ਸਾਰੀਆਂ ਮੰਗਾਂ ਜਾਇਜ਼ ਨੇ ਅਸੀਂ ਉਹਨਾਂ ਨੂੰ ਪੂਰੀਆਂ ਕਰਾਂਗੇ ਸੋ ਸਾਡੇ ਨਾਲ ਭਾਰਤੀ ਕਿਸਾਨ ਜੂਨ ਨੇ ਉਗਰਾਹਾਂ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਡੂਆ ਮੌਜੂਦ ਨੇ ਗੰਡੂਆ ਸਾਹਿਬ ਪ੍ਰ ਲੱਗ ਰਿਹਾ ਜੀ 14ਵਾਂ ਦਿਨ ਹੋ ਗਿਆ ਤੇ ਦੀਵਾਲੀ ਇੱਥੇ ਲੰਘਣੀ ਆ ਫਿਰ ਦੇਖੋ ਦੀਵਾਲੀ ਤਾਂ ਮਨਾਉਂਦੇ ਤਾਂ ਲੋਕੀ ਘਰਾਂ ਚ ਹੁੰਦੇ ਨੇ ਜੀ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਔਰਤਾਂ ਦੀ ਭੈਣਾਂ ਦੀ ਮਜਬੂਰੀ ਬਣਾਈ ਸਾਲੂ ਨੀਤੀ ਸਮਾ ਵੀ ਐਨਾ ਵੀ ਇਹ ਸਰਕਾਰ ਐਨਾ ਚਾ ਲੂ ਵੀ ਨਿਮੇੜੂਗੀ ਪਰ ਜਿਹੜੀ ਆਮ ਲੋਕਾਂ ਦੀ ਕਹਿੰਦੇ ਹੁੰਦੇ ਸਰਕਾਰ ਤੀ ਪਰ ਸਰਕਾਰ ਨੇ ਬੜੀ ਹਿੰਡ ਫੜੀ ਐ ਮੰਗਾ ਜਿਹੜੀਆਂ ਮੰਨਣ ਵਾਲੀ ਗੱਲ ਐ ਮੰਨਦਾ ਸਾਰੀਆਂ ਜੱਥੇ ਬੰਦਿਆਂ ਨੂੰ ਕਹਿੰਦਾ ਵੀ ਥੋੜੀ ਸਾਰੀ ਕੋਕ ਮੰਨੀ ਮੰਨ ਲਈ ਅਸੀਂ ਮੰਨਣੀ ਇੱਕ ਵੱਖਰੀ ਚੀਜ਼ ਹੁੰਦੀ ਆ ਸਾਡਾ ਇਹ ਤੇ ਚਰਬਾ ਹੈ ਪੁਰਾਣੀਆਂ ਸਰਕਾਰਾਂ ਤੋਂ ਲਾ ਕੇ ਚਾਹੇ ਕਾਲੀ ਦਲ ਦੀ ਹੋਵੇ ਚਾਹੇ ਕਾਂਗਰਸੀ ਦੀ ਹੋਵੇ ਐਂ ਹੁੰਦਾ ਹੁੰਦਾ ਮੰਨ ਸਰਕਾਰ ਜਾਂਦੀ ਹੁੰਦੀ ਹੈ ਜਿੰਨਾ ਜ਼ੋਰ ਬਣਾਉਣ ਤੇ ਲੱਗਦਾ ਹੁੰਦਾ ਉਨੀ ਲਾਗੂ ਕਰਾਉਣ ਤੇ ਲੱਗਦਾ ਹੁੰਦਾ ਹਾਲਾਂਕਿ ਸਰਕਾਰ ਜਿਹੜੀਆਂ ਮੰਗਾਂ ਸੀ ਕਰਵਾਉਂਦੇ ਤੇ ਲਾ ਵੀ ਲਾਗੂ ਕਰੋ ਛੇਤੀ ਹਾਲਾਂਕਿ ਬਹੁਤ ਮੰਗਾਂ ਤੇ ਸਰਕਾਰ ਦਾ ਕੋਈ ਤੇ ਲਾਈਨ ਲੱਗਦਾ ਨਹੀਂ ਪੋੜੀਓ ਕਰੀਆਂ ਜਾ ਸਕਦੀਆਂ ਤੀਆਂ ਬਿਲਕੁਲ ਪਰ ਪਰ ਇਹ ਵੀ ਕਿਹਾ ਜਾ ਰਿਹਾ ਕਿ ਪ੍ਰੋਟੋਕੋਲ ਹੁੰਦਾ ਜੀ ਪ੍ਰੋਟੋਕੋਲ ਅਨੁਸਾਰ ਸਾਰਾ ਸਿਸਟਮ ਕਰਨਾ ਪੈਂਦਾ ਜਿਵੇਂ ਪਹਿਲਾਂ ਕਾਨੂੰਨ ਬਣਾਤੇ ਜਾਂ ਜੋ ਵੀ ਗੱਲਬਾਤ ਆਉ ਉਹ ਜੇ ਵਾਪਸ ਲੈਣੇ ਨੇ ਜਾਂ ਉਹ ਰੱਦ ਕਰਨੇ ਨੇ ਜਾਂ ਉਹਨਾਂ 'ਚ ਸੋਧ ਕਰਨੀਆਂ ਤਾਂ ਸਿਸਟਮ ਹੁੰਦਾ ਪ੍ਰੋਟੋਕੋਲ ਮੁਤਾਬਕ ਹੋਣਾ ਵਿੱਚ ਸਮਾਂ ਤਾਂ ਸਾਨੂੰ ਦੋ ਥੋੜਾ ਬਹੁਤਾ ਵੀ ਤਾਂ ਇਹਨਾਂ ਦਾ ਅਸੀਂ ਸੋਧ ਕਰ ਸਕੀਏ ਪਹਿਲੇ ਸਿਰੇ ਤਾਂ ਅਸੀਂ ਸਮਾਂ ਬਹੁਤ ਦਿੱਤਾ ਸੀ ਸਰਕਾਰ ਨੂੰ 6 ਮਹੀਨੇ ਅਸੀਂ ਕੋਈ ਪ੍ਰੋਗਰਾਮ ਨਹੀਂ ਕੀਤਾ ਭਾਰਤੀ ਜਾਨਵਰਾਂ ਦੇ ਰਾਂਗ ਵੱਲੋਂ ਅਸੀਂ ਬਹੁਤ ਸਮਾਂ ਦਿੱਤਾ ਸੀ ਪਰ ਸਰਕਾਰ 92 ਸੀਟਾਂ ਜਿੱਤ ਕੇ ਸਾਨੂੰ ਐਂ ਜੇ ਲੱਗੀ ਇਹ ਤਸਵੀਰਾਂ ਵੀ ਦਿਹਿੰਦਿਆਂ ਨੇ ਅੰਕੜੇ ਵੀ ਦੱਸ ਰਹੇ ਨੇ ਸਾਡੇ ਵੀ ਸਰਕਾਰ ਥੋੜੀ ਜਿਹੀ ਹੋਮੇ ਜਿਆਦੇ ਆ ਗਈ ਜਿਹੜੀ ਮੈਨਗ ਵਾਲੇ ਮਸਲੇ ਤੇ ਸਾਡੇ ਜਨ ਸਖਤਰ ਤੇ ਪਰਚੇ ਦਿੱਤੇ ਤੇ ਫੌਰੀ ਐਮਐਲਏ ਨੇ ਪਹਿਲੀ ਵਾਰੀ ਦੇਖਿਆ ਵੀ ਸਰਕਾਰ ਦਾ ਅਜੇ ਤੱਕ ਕੋਈ ਨੁਮੈਂਦਾ ਰਾਤ ਨੂੰ ਜਾ ਕੇ ਐਮਐਲਏ ਪਰਚੇ ਕਰਾਵੇ ਉਹ ਇੱਕ ਦੂਜੇ ਪਾਸੇ ਗੁੰਡਾਗਰਦੀਆਂ ਵਾਂਗੂ ਸ਼ਬਦ ਜੁੜੇ ਨੇ ਵੀ ਜਦੋਂ ਸ਼ਰਾਬ ਸ਼ਰੂਪ ਪੀ ਕੇ ਯਾਨੀ ਰਾਤ ਨੂੰ ਟਰਾਲੀਆਂ ਘੇਰੀਆਂ ਰਾਤ ਨੂੰ ਪਰਚੇ ਪਏ ਠਾਣੇਦਾਰ ਨੂੰ ਤਲਬਿਆ ਠਾਣੇਦਾਰ ਨੂੰ ਖੈਰ ਉੱਥੋਂ ਬਦਲੀ ਸ਼ਦਲੀ ਵੀ ਕੀਤੀ ਹੋਊਗੀ ਵੀ ਐ ਹੋਮਾ ਦਿਖਾਈਏ ਸਰਕਾਰ ਨੇ ਵੀ ਸਾਡੀ ਸਰਕਾਰ ਹੈ ਇਸ ਕਰਕੇ ਸਾਨੂੰ ਇਹ ਅਜੇ ਸ਼ਾਇਦ ਅਸੀਂ ਮਹੀਨਾ ਦੋ ਮਹੀਨੇ ਹੋਰ ਵੀ ਟੱਪ ਸਕਦੇ ਤੇ ਕੋਈ ਐਡੀ ਗੱਲ ਨਹੀਂ ਸੀ ਪਰ ਸਰਕਾਰ ਨੇ ਸਾਨੂੰ ਇਹ ਮਜਬੂਰ ਬਣਾਤਾ ਪਰਾਲੀ ਤੇ ਸਖਤ ਬਿਆਨ ਜੰਗ ਦੇ ਧਾਲੀਆਲ ਵੱਲੋਂ ਹੀ ਬਿਆਨ ਆਇਆ ਵੀ ਵੱਡੀ ਜੰਗ ਲੱਗਣੀ ਹੈ ਜੰਗ ਵੀ 10000 ਅਸੀਂ ਕੰਮ ਮੁਲਾਜ਼ਮ ਤਣਾਤ ਕਰਤੇ ਦੇ ਉੱਤੇ ਪਰਾਲੀ ਵਾਲੀ ਜੰਗ ਤੇ ਵੀ ਇੱਕ ਪਾਸੇ ਤਾਂ ਤੁਸੀਂ ਕਹੀ ਜਾਂਦੇ ਹੋ ਅਸੀਂ ਇੰਨਾ ਸਾਧਨ ਕਰ ਲਏ ਕਿਸਾਨਾਂ ਨੂੰ ਸਫਰ ਸੈਕਟਰ ਦੇ ਤੇ ਬਹੁਤ ਸਬਸਿਡੀ ਬਹੁਤ ਦੇਤੀ। ਇੱਕ ਪਾਸੇ ਸੀ ਪਰਾਲੀ ਵਾਲੀਆਂ ਮਸ਼ੀਨਰੀ ਗੰਡਾਂ ਵਾਲੀ ਬਣਾ ਲਈ। ਉਹ ਵੱਡੇ ਵੱਡੇ ਪ੍ਰੋਜੈਕਟ ਵੀ ਲਵਾਤੇ। ਇੱਕ ਪਾਸੇ ਫਿਰ ਜੰਗ ਵਾਲੀ ਗੱਲ ਕਿਉਂ ਆਈ? ਵੀ ਇਹ ਲੱਭ ਕਿਉਂ ਫਿਰ? ਇਹ ਕਿਉਂ ਵੀ 10 10000 ਮੁਲਾਜ਼ਮ ਅਸੀਂ ਤਨਾਤ ਕਰਤਾ। ਕੋਈ ਛੁੱਟੀ ਨਹੀਂ ਸੀ ਜੰਦੇ ਵਿੱਚ। ਜਣੀ ਵਿਧਾਂਗ ਦਾ ਜ਼ੋਰ, ਦਬਾਅ ਬਣਾਈਏ ਲੋਕਾਂ ਦੇ ਉੱਤੇ। ਇਹਦੇ ਇਹਦੇ ਦੇ ਦੇਖ ਕੇ ਅਸੀਂ ਸਾਨੂੰ ਇਹ ਗੱਲਾਂ ਭੇੜੀਆਂ ਲੱਗੀਆਂ। ਇਸ ਕਰਕੇ ਇਹ ਮੋਰਚਾ ਜਾਣ ਪੁੱਝ ਕੇ ਸਰਕਾਰ ਨੇ ਲਵਾਇਆ। ਹੁਣ ਦੀਵਾਲੀ ਵੀ ਫਿਰ ਸਰਕਾਰ ਇੱਥੇ ਦਿਖਾਉਣਾ ਚਾਹੁੰਦੀ ਹੈ ਇਹ ਸਰਕਾਰ ਨੇ ਸੋਚਣਾ ਬਿਲਕੁਲ ਗੰਡੂਆ ਸਾਹਿਬ ਜੀ ਦੇਖਿਏ ਇੱਥੇ ਡ੍ਰੀਮ ਲੈਂਡ ਕਲੋਨੀ ਆ ਜਿਹਦਾ ਨਾਮ ਆ ਉਥੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਆ ਜੀ ਪਰ ਉਹ ਲੋਕ ਆਏ ਉਥੇ ਡਾਕਟਰ ਸਾਹਿਬ ਆਏ ਇੱਕ ਦਿਨ ਉਹਨਾਂ ਨੇ ਉਗਰਾਹਾਂ ਸਾਹਿਬ ਨਾਲ ਵੀ ਗੱਲਬਾਤ ਕੀਤੀ ਕਿ ਸਾਡਾ ਕੀ ਕਸੂਰ ਆ ਜੀ ਸਾਡੇ ਬੱਚੇ ਸਕੂਲ ਨਹੀਂ ਜਾ ਸਕਦੇ ਜੇ ਤੁਹਾਡੇ ਤੇ ਐਵੇਂ ਦੀ ਗੱਲਬਾਤ ਆ ਜੇ ਕਿਉਂਕਿ ਮੁੱਖ ਮੰਤਰੀ ਪੰਜਾਬ ਦੀ ਕੋਠੀ ਦੇ ਵਿੱਚ ਕੋਈ ਨਹੀਂ ਹੈ ਜੀ ਨਾ ਤਾਂ ਮੁੱਖ ਮੰਤਰੀ ਦੇ ਮਾਤਾ ਨੇ ਨਾ ਉਹਨਾਂ ਦੇ ਭੈਣ ਨੇ ਨਾ ਉਹਨਾਂ ਦੀ ਪਤਨੀ ਨੇ ਕਿ ਸਿਰਫ ਜਿਹੜੇ ਇਹਦੀ ਰਖਵਾਲੀ ਕਰਦੇ ਨਹੀਂ ਵੈਸੇ ਕੀ ਹੈ ਕਿ ਨਾ ਕੋਠੀਆਂ ਤਾਂ ਨੰਨ ਦੀਆਂ ਜਿੱਥੇ ਇਹ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਮੁੱਖ ਮੰਤਰੀ ਬਣਦਾ ਚਾਹੇ ਉਹ ਪਟਿਆਲੇ ਦੇ ਵਿੱਚੋਂ ਬਣਿਆ ਹੋਵੇ ਚਾਹੇ ਬਠਿੰਡੇ ਦੇ ਵਿੱਚੋਂ ਬਣਿਆ ਹੋਵੇ ਇਹਦੀ ਕਿਸੇ ਘਰੂਰ ਦੇ ਵਿੱਚੋਂ ਬਣਗਾ ਕੋਠੀਆਂ ਤਾਂ ਇੱਕ ਉਹਨਾਂ ਦੀਆਂ ਇਲਾਕੀਆਂ ਹੋਈਆਂ ਹੁੰਦੀਆਂ ਨੇ ਇਹ ਰੈਂਦੇ ਰੂਹੇ ਦਾ ਘੱਟ ਵੱਧੀ ਹੁੰਦੇ ਨੇ ਪਰ ਇੱਕ ਪ੍ਰਚਾਰ ਤਾਂ ਇਹ ਹੋ ਰਿਹਾ ਕਿ ਨਾ ਵੀ ਮੁੱਖ ਮੰਤਰੀ ਦੀ ਕੋਠੀ ਦਾ ਘਰ ਹੋਇਆ ਮੁੱਖ ਮੰਤਰੀ ਕੋਠੀ ਮੂਰੇ ਬੈਠੇ ਨੇ ਬਾਦਲਪਿੰਡ ਬਠਿੰਡੇ ਜਾਂਦੇ ਉਹ ਬਾਦਲ ਨੇ ਕਬਜ਼ਾ ਕਰ ਲਿਆ ਤੇ ਖਬਰਦਾਰ ਜਿੱਥੇ ਬੜੇ ਹੋ ਮੈਲਾਂ ਦਾ ਰਾਜੇ ਨੇ ਕਰ ਲਿਆ ਪਟਿਆਲੇ ਚ ਰਹਿੰਦੇ ਤਾਂ ਇਹ ਦੂਰ ਹੁੰਦੇ ਨੇ ਨਾ ਚੰਡੀਗੜ੍ਹ ਰਹਿੰਦੇ ਹੁੰਦੇ ਨੇ ਇਸ ਕਰਕੇ ਜਿਹੜਾ ਕਲੋਨੀ ਵਾਲਾ ਸਵਾਰ ਆ ਤੁਹਾਡਾ ਇਹ ਸਾਨੂੰ ਵੀ ਦੀ ਬਿਲਕੁਲ ਉਹਨਾਂ ਦਾ ਬਣਦਾ ਵੀ ਸੀ ਉਹ ਅਸੀਂ ਉਹਨਾਂ ਦੀਆਂ ਦੋ ਮੀਟਿੰਗਾਂ ਸਾਡੀਆਂ ਤੈਨੂੰ ਹੋ ਗਈਆਂ ਆਏ ਨੇ ਸਾਰੇ ਕਲੋਨੀ ਵਾਲੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਗੱਲ ਅਸੀਂ ਸਿਰ ਮੱਥੇ ਮੰਨਾਂਗੇ ਤੁਹਾਡੇ ਬੱਚੇ ਨਹੀਂ ਸਾਡੇ ਬੱਚੇ ਨੇ ਤੁਸੀਂ ਦੀਆਂ ਗੱਡੀਆਂ ਲੰਗਣੀਆਂ ਨੇ ਤੁਹਾਡੇ ਮੋਟਰਸਾਈਕਲ ਲੰਗਣੇ ਨੇ ਹਾਲਾਂਕਿ ਅਸੀਂ ਰਹੇ ਸੀ ਉਹਨਾਂ ਨੂੰ ਉਹ ਨਹੀਂ ਵੀ ਸਾਨੂੰ ਰਹੇ ਸੀ ਉਹਨਾਂ ਨੂੰ ਕੱਲ ਨੂੰ ਉਹਨਾਂ ਦੇ ਸਟicker ਬਣ ਜਾਣਗੇ ਸਾਰੇ ਸਾਧਨਾਂ ਦੇ ਹੁਣ ਵੀ ਉਹ ਸਾਡੇ ਮੌਜੂਦ ਨਾਲ ਧਰਨੇ ਦੇ ਵਿੱਚ ਦੀ ਵੀ ਲੰਘ ਸਕਦੇ ਨੇ ਅਸੀਂ ਬਕਾਇਦਾ ਸਿੱਧਾ ਗੇਟ ਕਰਾਤਾ ਹਾਲਾਂਕਿ ਪੁਲਿਸ ਇੰਨਾ ਹਰਾਨ ਕਰ ਰਹੀ ਸੀ ਟੇਡੇ ਬੰਗੇ ਲਾ ਕੇ ਬੈਰੀਕੇਡ ਜਿੱਥੇ ਦੀ ਪਾਣੀ ਹੁੰਦਾ ਉਸ ਤੋਂ ਦੀ ਜਾਣ ਕੇ ਬੁਲਾਉਂਦੇ ਤੇ ਉਹਨੂੰ ਵੀ ਇਹਨਾਂ ਦੇ ਖਿਲਾਫ ਬੋਲਣ ਇੱਥੋਂ ਦੀ ਟੱਪੋ ਅਸੀਂ ਕਿਹਾ ਵੀ ਇਹ ਕਦੇ ਨਹੀਂ ਠੱਕਾ ਹੋਊਗਾ ਤੁਹਾਡੇ ਨਾਲ ਉਹਨਾਂ ਨੇ ਕਿਹਾ ਵੀ ਤੁਹਾਡਾ ਨਹੀਂ ਸਾਨੂੰ ਇੰਨਾ ਸਾਡਾ ਔਖਾ ਕਰਦੇ ਜਿੰਨੀ ਸਾਨੂੰ ਪੁਲਿਸ ਤੰਗ ਕਰ ਰਹੀ ਹੈ ਉਹ ਸੈੱਟ ਕਰਤਾ ਅਸੀਂ ਗੱਲ ਤੇ ਗੇਟ ਸਿੱਧਾ ਕਰਵਾਤਾ ਜਿਵੇਂ ਸਕੂਲ ਬੱਸ ਬੱਚਿਆਂ ਦੀ ਗੱਲਬਾਤ ਆਉਂਦੀ ਸੀ ਕਿ ਸਾਡੇ ਬੱਚੇ ਨੇ ਸਕੂਲ ਨਹੀਂ ਜਾ ਸਕਦੇ ਕਿਤੇ ਨਾ ਕਿਤੇ ਬੱਸਾਂ ਦੀ ਪ੍ਰੋਬ ਜਾਣ ਆਉਂਦੀ ਦਿੱਕਤ ਤਾਂ ਹੈਗੀ ਆ ਜੇ ਦੁੱਧ ਪਾਣੀ ਦੀ ਗੱਲ ਕਰੀਏ ਕੋਈ ਲਿਆਉਣ ਦੀ ਕੋਈ ਦਿੱਕਤ ਨਹੀਂ ਤੁਹਾਡੇ ਸਾਹ ਕੋਈ ਦਿੱਕਤ ਨਹੀਂ ਕਲੋਨੀ ਵਾਲਾ ਕੋਈ ਵੀ ਬੰਦਾ ਕਹਿ ਦਿਆ ਹੁਣੀ ਫੋਨ ਕਰਕੇ ਅਸੀਂ ਪੁੱਛਿਆ ਵੀ ਭਾਈ ਅੱਜ ਤੁਹਾਡੀ ਕਲੋਨੀ ਦੇ ਵਿੱਚ ਕੋਈ ਪ੍ਰੋਗਰਾਮ ਸੀ ਐਨੀਆਂ ਗੱਡੀਆਂ ਆਈਆਂ ਨੇ ਇਹਨੇ ਮੋਟਰਸਾਈਕਲ ਆਈ ਨੇ ਕਿ ਸਾਨੂੰ ਪ੍ਰਸ਼ਾਸਨ ਨਹੀਂ ਚੱਰੀ ਜਾਂਦਾ ਉਹ ਕਹਿੰਦੇ ਜੀ ਬਿਲਕੁਲ ਪ੍ਰੋਗਰਾਮ ਸੀ ਅਸੀਂ ਕਹਿੰਦੇ ਕੱਲ ਨੂੰ ਸਟਿੱਕਰ ਬਣਾ ਲਾਂਗੇ ਤੇ ਤੁਹਾਨੂੰ ਕੋਈ ਖਿਆਈ ਨਹੀਂ ਆਊਗੀ ਅਸੀਂ ਅੱਗਾ ਅਸੀਂ ਇਹ ਵੀ ਕਿਹਾ ਵੀ ਜੇ ਕੋਈ ਪ੍ਰੋਗਰਾਮ ਹੋਵੇ ਖੰਡਪਾਟ ਹੋਵੇ ਵਿਆਹ ਹੋਵੇ ਕਿਸੇ ਦੇ ਕਿਸੇ ਨੇ ਵੀ ਜਾਣਾ ਹੈ ਕੋਈ ਸਾਨੂੰ ਜਾਣਕਾਰੀ ਦਿਓ ਫੋਨ ਤੇ ਬਸ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਇਹ ਆਪ ਉਹਨਾਂ ਦੇ ਮੂੰਹੋਂ ਸੁਣ ਲਿਓ ਤੁਸੀਂ ਬਿਲਕੁਲ ਵਿਚ ਆਮ ਆਦਮੀ ਪਾਰਟੀ ਦੇ ਆਗੂ ਵੀ ਕਹਿ ਰਹੇ ਨੇ ਕਿ ਵਿਰੋਧੀ ਪਾਰਟੀਆਂ ਨੇ ਜਿਹੜੀ ਕਿਤੇ ਨਾ ਕਿਤੇ ਉਗਰਾਹਾਂ ਗਰੁੱਪ ਨੂੰ ਸ਼ਹਿ ਦੇਤੀ ਜਾਣ ਬੁੱਝ ਕੇ ਸਰਕਾਰ ਨੂੰ ਬਦਨਾਮ ਕਰ ਰਹੇ ਨੇ ਸਾਨੂੰ ਤਾਂ ਥੋੜਾ ਸਮਾਂ ਹੋਇਆ ਕਿਉਂਕਿ ਅਸੀਂ ਵਰੀਕੀ ਚ ਜਾ ਕੇ ਕਿਸਾਨਾਂ ਦੇ ਮਸਲਿਆਂ ਬਾਰੇ ਵੀ ਸੋਚ ਰਹੇ ਹਾਂ ਵੱਡੇ ਫੇਰ ਬਦਲ ਲਿਆ ਰਹੇ ਹਾਂ ਵੀ ਪਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੀ ਕੋਈ ਗੜਬੜ ਕੀਤੀ ਆ ਤਾਂ ਹੋ ਰਿਹਾ ਕੰਮ ਜੀ ਕਹਿੰਦੇ ਹੁੰਦੇ ਨੇ ਅਗਲੇ ਸਾਰਾ ਕੁਝ ਹੀ ਹੁੰਦਾ ਹੁੰਦਾ ਹੈ ਵੀ ਇਹਨਾਂ ਨੂੰ ਜੇ ਕਾਂਗਰਸੀਏ ਚੱਕ ਰਹੇ ਨੇ ਇਹਨਾਂ ਨੂੰ ਕਾਲੀ ਚੱਕ ਰਹੇ ਨੇ ਲੋਕ ਆਈ ਵੀ ਕਹਿੰਦੇ ਹੁੰਦੇ ਨੇ ਪਹਿਲਾਂ ਐ ਵੀ ਕਹਿੰਦੇ ਤੇ ਵੀ ਜਰ ਇਹ ਤਾਂ ਉਹਨਾਂ ਦੇ ਵੀ ਪੱਗੇ ਹੀ ਹੈ ਤੇ ਗਰਹਾਲਿਆਂ ਦੇ ਵੀ ਪੱਗੇ ਹੀ ਹੈ ਇਕੱਠੀ ਨੇ ਖੰਨੀ ਇਹ ਇਹ ਤਾਂ ਕਹਿੰਦੇ ਹੁੰਦੇ ਨੇ ਹੁਣ ਜਦੋਂ ਉਹ ਜੰਗ ਲੱਗੀ ਹੁਣ ਦੂਜੇ ਲੁੱਟੋਗੇ ਕਹਿੰਦੇ ਉਹਨਾਂ ਨੂੰ ਕਾਂਗਰਸੀ ਚੱਕਦੇ ਹੋਣਗੇ ਕੋਈ ਹੋਰ ਚੱਕਦੇ ਹੋਣਗੇ ਇਹ ਤਾਂ ਬਹੁਤ ਕੁਝ ਆਉਂਦਾ ਹੁੰਦਾ ਹੈ ਕੱਲ ਦਾ ਅਸੀਂ ਮੀਡੀਆ ਤੋਂ ਵੀ ਬੈਂਡ ਸੁਣਿਆ ਵੀ ਮੁੱਖ ਮੰਤਰੀ ਉਧਰੋਂ ਸਰਕਾਰ ਦਾ ਇਹ ਬਿਆਨ ਆਇਆ ਵੀ ਇਹ ਤਾਂ ਐਂ ਬੈਠੇ ਨੇ ਹੋਰ ਤਾਂ ਮੰਗਾ ਤਾਂ ਸਾਰੀਆਂ ਮੰਨ ਲੀਆਂ ਸੀ ਇਹ ਤਾਂ ਅਸਲੀ ਦੀ ਮੰਗ ਕਰਦੇ ਨੇ ਕਹਿੰਦੇ ਅਸਲੀ ਨਾਲ ਕੀ ਅਸੀਂ ਪ ਕੀ ਇੱਕ ਦੋ ਅਸਲੇ ਉਹ ਤਾਂ ਸੁਰੱਖਿਆ ਸਰਕਾਰ ਨਹੀਂ ਕਹੀਏ ਸਾਨੂੰ ਤਾਂ ਵੀ ਤੁਹਾਨੂੰ ਸੁਰੱਖਿਆ ਦੇ ਦੇਣਾ ਜੀ ਅਸੀਂ ਕਿਹਾ ਵੀ ਅਸੀਂ ਸਰਕਾਰੀ ਸੁਰੱਖਿਆ ਨਹੀਂ ਲੈਂਦੇ ਇੱਕ ਦੋ ਲਾਇਸੈਂਸ ਕਰਦੇ ਨੇ ਬਾਹਰਲੇ ਇੰਡੀਆ-ਇੰਡੀਆ ਦੇ ਉਹ ਸਾਡੇ ਪ੍ਰਧਾਨ ਜੀ ਸਾਰੇ ਦੇਖ ਚ ਜਾਂਦੇ ਨੇ ਮੀਟਿੰਗ ਚ ਠੀਕ ਹੈ ਉੱਥੇ ਲੋੜ ਵੀ ਪੈ ਸਕਦੀ ਹੈ ਉਹ ਕੋਈ ਬਾੜੀ ਸੁਰੱਖਿਆ ਦੀ ਸਾਨੂੰ ਕੋਈ ਐ ਆਸ ਨਹੀਂ ਹੁੰਦੀ ਹੁੰਦੀ ਵੀ ਅਸਲੇ ਨਾਲ ਹੀ ਸੁਰੱਖਿਆ ਹੁੰਦੀ ਹੈ ਅਸਲੇ ਦਾ ਸਾਦੀ ਸੋਟੀ ਨਾਲ ਵੀ ਉਹ ਸੁਰੱਖਿਆ ਹੋ ਸਕਦੀ ਹੈ ਹੁੰਦੀ ਹੈ ਪਰ ਜਦੋਂ ਹੁਣ ਇਹ ਜਰਾ ਗੰਦੀ ਸੁਰੱਖਿਆ ਦੇ ਦੇ ਵਾਲੀ ਵਾਲੀ ਖੜੇ ਤੇ ਐ ਸਾਨੂੰ ਕੋਈ ਹੋਣੀ ਸਰਕਾਰ ਨੇ ਕਰਦੀ ਹੈ ਕਿ ਨਹੀਂ ਕਰਦੀ ਹੈ ਇਹਦਾ ਸਰਕਾਰ ਦਾ ਉਹ ਦੇਖਦੇ ਤੇ ਵੀ ਹੋ ਜਾਣਗੇ ਜੀ ਤੁਹਾਡੇ ਇੱਕ ਦੋ ਪਰ ਸਰਕਾਰ ਨੇ ਪ੍ਰਚਾਰ ਦੂ ਜਲੂਟੀ ਚੜ ਲਿਆ ਕੱਲ ਉਹਦਾ ਖਾਸਾ ਇਹ ਆਈ ਗੱਲ ਇਸ ਕਰਕੇ ਵੀ ਕੋਈ ਸਾਨੂੰ ਸੁਰੱਖਿਆ ਸੁਰੱਖਿਆ ਦੀ ਵਾਲੀ ਹੋਣੀ ਬਾਕੀ ਉਸ ਤੋਂ ਬਾਅਦ ਕੋਈ ਗੱਲਬਾਤ ਕੋਈ ਮੀਟਿੰਗ ਹੋਰ ਮਤਲਬ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਹੋਈ ਹੋਵੇ ਜੀ ਮੀਟਿੰਗ ਦੇਖੋ ਸਰਕਾਰ ਦਾ ਸਿੱਧਾ ਤਾਂ ਕੋਈ ਆਇਆ ਨਹੀਂ ਹੈ ਤੇ ਐਸਐਸਪੀ ਡੀਸੀ ਉਹਨਾਂ ਨੇ ਕੱਲ ਵੀ ਬੁਲਾਏ ਤੇ ਅੱਜ ਵੀ ਬੁਲਾਏ ਤੇ ਪ੍ਰਧਾਨ ਜੀ ਉਹ ਮੜੀ ਜੀ ਮੁੱਟੀ ਜਾਣਕਾਰੀ ਵੀ ਸਰਕਾਰ ਵੱਲੋਂ ਉਧਰੋਂ ਆਈ ਹੈ ਜੀ ਤੁਹਾਡੇ ਨਾਲ ਗੱਲਬਾਤ ਚ ਆਏ ਹੋ ਜੀ ਆਏ ਹੋ ਜੀ ਇਹੀ ਮੰਗਾਂ ਤੇ ਬਸ ਜੇ ਅਸੀਂ ਜੀ ਮੜਾ ਮੋਟਾ ਲਿਖਤੀ ਲੁਖਤੀ ਪਹਿਲੀ ਦੇਤਾ ਤੇ ਉਹ ਫੇਰ ਕਹਦਾਂਗੇ ਵੀ ਅਸੀਂ ਤਾਂ ਤੁਹਾਣਾ ਚੱਕਦੇ ਨਹੀਂ ਐ ਸਰਕਾਰ ਜਣੀ ਬੇਵਿਸ਼ਵਾਸੀ ਜੀ ਹੋਰੀਏ ਸਰਕਾਰ ਨੂੰ ਪਰ ਮੰਨੀਆਂ ਹੋਈਆਂ ਮੰਗਾ ਵਖਰੀਆਂ ਹੁੰਦੀਆਂ ਗੱਲ ਲਾਗੂ ਕਰਨੀਆਂ ਵਖਰੀਆਂ ਹੁੰਦੀ ਜੇ ਹੁਣ ਨਰਮੇ ਦਾ ਮਾਮਜਾ ਵੰਡਣਾ ਸੀ ਸਾਡੇ ਬੈਠਣ ਨਾਲ ਉਹ ਵੰਡਣਾ ਸ਼ੁਰੂ ਕਰਤਾ ਉੱਥੇ ਇੱਕ ਠੰਗ ਬਾਰ ਦੇ ਕੋਈ ਜ਼ੋਰ ਲੱਗਦਾ ਸੀ ਪਰਾਲੀ ਵਾਲਾ ਉਹ ਵੀ ਤਰੀਕੇ ਨਾਲ ਕੀਤਾ ਜਾ ਸਕਦਾ ਨੂੰ ਚਾਹੇ ਸੈਂਟਰ ਦਾ ਹੋਵੇ ਆਡਰ ਵੀ ਜੇ ਪਰਾਲੀ ਨੂੰ ਲੱਗ ਗਿਆ ਪਰチェਸੀਂ ਠੋਕੇ ਦੇਵਾਂਗੇ ਸਾਨੂੰ ਪਤਾ ਵੀ ਸਰਕਾਰ ਦਾ ਕੇਂਦਰ ਦਾ ਹੋਵੇ ਮੈਂ ਇਹਨਾਂ ਗੱਲੇ ਤੇ ਇਹ ਬੈਠ ਕੇ 11 14 ਦਿਨ ਹੋ ਗਏ ਅਜ ਹਫਤੇ ਚ ਬੈਠ ਕੇ ਮੀਟਿੰਗ ਸੱਦ ਕੇ ਵਿਚਾਰ ਸਕਦੇ ਤੇ ਆ ਸੜਕਾ ਲੈ ਇਹਨਾਂ ਨੇ ਇੱਕ ਹਿੱਕ ਥਾਪੜ ਕੇ ਕਿਹਾ ਮੁੱਖ ਮੰਤਰੀ ਨੇ ਵੀ ਜਿਹੜੀ ਇਹ ਭਾਰਤ ਯੋਜਨਾ ਵਾਲਾ ਹੈ ਇਹ ਸਾਸੀ ਸਾਡੇ ਬਸਦ ਰੋਗਾ ਸੀ ਕਰ ਲਾਂਗੇ ਸੱਟੇ ਨੂੰ ਜੇ 20 ਲੱਖ ਹੈ ਤਾਂ ਉਧਰ 75 ਲੱਖ ਇਹਨਾਂ ਨੇ ਪਾਸ ਕੀਤਾ ਤੇ ਵੀ ਹਾਂ ਧਰਨਾ ਚੱਕ ਲੋ ਸੀ ਧਰਨਾ ਢਾ ਲਿਆ ਇਹਨਾਂ ਨੇ ਮੌਜਨਾ ਬਦਮਾਰ ਕੋਲ ਮੁੱਕਰ ਗਏ ਇਸ ਕਰਕੇ ਚਾਰ ਸਮੇਂ ਮੋਰਚੇ ਸਾਡੇ ਲੱਗੇ ਹੋਏ ਨੇ ਉਹ ਇਹ ਉਹਨਾਂ ਬਾਅਦ ਤੇ ਜਦੋਂ ਆਏ ਕਹਿੰਦੇ ਨੇ ਵੀ ਸਾਡੇ ਬਸਦ ਰੋਗਾ ਇਹ ਫੇਰ ਲਿਖਤੀ ਦੇਣ ਚ ਕੀ ਸੀ 15 ਦਿਨ ਲੈ ਲੋ 10 ਦਿਨ ਲੈ ਲੋ ਉਦੋਂ ਲਾਗੂ ਕਰ ਦਿਓ ਫੜੀ ਠੋਕਾ ਮਾਰਦੇ ਕੀ ਲੱਗਦਾ ਠੀਕ ਹੈ ਇਸ ਕਰਕੇ ਪੁੱਛ ਮੂੰਹ ਜਵਾਨੀ ਗੱਲਾਂ ਤੇ ਨਹੀਂ ਤੁਸੀਂ ਕਿਤੁਨਾਂ ਦੇ ਅਸੀਂ ਅਸੀਂ ਫਿਰ ਬਹੁਤ ਚਿਰ ਵਿਸ਼ਵਾਸ ਕਰ ਲਿਆ ਪਹਿਲਾਂ ਵੀ ਕਰਕੇ ਦੇਖੇ ਨੇ ਅਸੀਂ ਐਨੇ ਜੋਰ ਲੱਗਦਾ ਹੁੰਦਾ ਜੇ 2 ਮਹੀਨੇ ਹੋਰ ਵੀ ਖੜ ਜਾਂਦੇ ਤਾਂ ਵੀ ਇਹੀ ਤੀ ਹੁਣ ਮੋਰਚਾ ਲੱਗ ਗਿਆ ਹੁਣ ਸਰਕਾਰ ਦੇ ਸਭਾ ਸੈਜੀ ਦਿਵਾਲੀ ਘਰੇ ਦਿਖਾਉਣੀ ਕੋਰੇ ਦਿਖਾਉਣੀ ਸਾਡੀਆਂ ਤਿਆਰੀਆਂ ਨੇ ਠੀਕ ਹੈ ਬਾਕੀ ਕਲੋਨੀ ਵਾਲੇ ਸੰਤੁਸ਼ਟ ਕਰਤੇ ਤਾਂ ਮਤਲਬ ਤੁਸੀਂ ਇਹ ਕਹਿ ਰਹੇ ਹੋ ਕੋਈ ਦਿੱਕਤ ਨਹੀਂ ਹੈਗੀ ਕਲੋਨੀ ਵਾਲਿਆਂ ਨੂੰ ਕੋਈ ਅਸੀਂ ਤਤੀ ਬਾ ਨਹੀਂ ਲੱਗਣਦੇ ਉਧਰ ਆਏ ਤੇ ਇਕੱਠੇ ਹੋ ਕੇ ਚਾਹੇ ਉਹ ਪ੍ਰਸ਼ਾਸਨ ਨੇ ਚੱਕੇ ਤੇ ਨਵੇਂ ਪਾਬੰਦੇ ਆ ਗਏ ਤੇ ਪ੍ਰਧਾਨ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਅਸੀਂ ਸਰਨੀਮਾ ਕਰਦੇ ਤੁਸੀਂ ਸਾਡੇ ਉੱਤੇ ਪੈੜ ਤਰ ਕੇ ਟੱਪਜੋ ਚਾਹੇ ਸਾਨੂੰ ਕੋਈ ਤਖਲੀਫ ਨਹੀਂ ਪਰ ਤੁਹਾਨੂੰ ਕੰਡੇ ਜਿੰਨਾ ਦੁੱਖ ਨਹੀਂ ਹੋਣਦਾ ਛੋਡੇ ਬੱਚੇ ਨਹੀਂ ਹੈਗੇ ਸਾਡੇ ਬੱਚੇ ਨੇ ਕੋਲੋਨੀ ਥੋੜੀ ਨਹੀਂ ਹੁਣ ਸਾਡੀ ਹੈ ਤੁਹਾਨੂੰ ਕੋਈ ਤਤੀਵਾ ਨਹੀਂ ਲੱਗਣਦੇ ਹੈਗੇ ਸਾਨੂੰ ਲੰਬਾ ਘੱਟ ਕੇ ਦਿਓ ਪਰ ਅਸੀਂ ਤੁਹਾਡੇ ਬਾਅਦ ਤੇ ਸਾਰਾ ਹੱਲ ਕਰਾਂਗੇ ਪ੍ਰਸ਼ਾਸਨ ਵੀ ਨਹੀਂ ਤੁਹਾਨੂੰ ਤੰਗ ਕਰ ਸਕਦਾ ਅਸੀਂ ਤਾਂ ਤੰਗ ਕਰਨੇ ਕੀ ਹੈ ਇਹ ਪਹਿਲਾਂ ਪਹਿਲਾਂ ਨਹੀਂ ਤੁਸੀਂ ਕੋਈ ਗੌਰ ਕਰੀ ਸੀ ਪਹਿਲਾਂ ਦਿੱਕਤ ਆਈ ਉਹਨਾਂ ਨੂੰ ਪਹਿਲੇ ਹਫ਼ਤੇ ਜਨ ਕਿ ਨਹੀਂ ਕੋਈ ਟਕਾਸੀ ਦਿੱਕਤ ਨਹੀਂ ਕੋਈ ਆਉਣ ਸੀ ਉਹਨਾਂ ਨੂੰ ਡਰ ਪੈਦਾ ਹੋ ਗਿਆ ਵੀ ਵੱਡਾ ਮੋਰਚਾ ਲੱਗ ਜਾਂਦਾ ਰੋਜ਼ ਇਕੱਠ ਬਧੀਆਂ ਜਾਂਦਾ ਇਹਦਾ ਹੋਊਗਾ ਹੀ ਸੰਘਟ ਵੀ ਇਧਰ ਪੁਲਿਸ ਨੇ ਪੁਲਿਸ ਨੇ ਕੀ ਕੀਤਾ ਹੁਣ ਬੈਰੀਕੇਡ ਸਾਰੇ ਬੰਦ ਕਰਤੀ ਐਂਡ ਸੀਲ ਕਰਤੀ ਕਲੋਨੀ ਵੀ ਇਹ ਕਲੋਨੀ ਵਾਲੇ ਭੜਕ ਕੇ ਨਾ ਦੇ ਖਿਲਾਫ ਹੁੰਦੇ ਹੀ ਆ ਅਸੀਂ ਦੇਖਦੇ ਹਾਂ ਸਗਰਸਾਂ ਚ ਪ੍ਰਸ਼ਾਸਨ ਬੜਕਾਉਂਦਾ ਹੀ ਹੁੰਦਾ ਹੈ ਇਧਰ ਵੀ ਆ ਅਸੀਂ ਟੈਂਟ ਜੇ ਪਰਸੋ ਜੋ ਉੱਥੇ ਜਦੋਂ ਸਟੇਜ ਦਾ ਉਰੂਮ-ਉਮ ਕਰਿਆ 20 ਤਰੀਕ ਤੋਂ ਬਾਅਦ ਅਸਾਂ ਡਾਈ ਹੋ ਗਿਆ ਵੀ ਐਂ ਕਰ ਲੋ ਜਾਂ ਨਾ ਇਹ ਕਲੋਨੀ ਦਾ ਕਰਿਓ ਹੋ ਜੂਗਾ ਪੱਕੇ ਤੌਰ ਤੇ ਪ੍ਰਸ਼ਾਸਨ ਦਾ ਆ ਦੁਕਾਨ ਵਾਲਿਆਂ ਨੇ ਪੰਜ ਚਾਰ ਨੇ ਰਾਦਰੂ ਰੌਲਾ ਜਿਹਾ ਪਾਉਣ ਦੇ ਯਤਨ ਕੀਤੇ ਅਸੀਂ ਟੜਕੇ ਨੂੰ ਵਿਚਾਰ ਕੇ ਦਸ ਕਰਮਾਂ ਦਾ ਸਟੇਜ ਵਧਾ ਕੇ ਪਰੇ ਮੂੰਹ ਕਰਤਾ ਫੇ ਕੋਈ ਲੋੜ ਨਹੀਂ ਜਾਂ ਟਪਟਣ ਦੀ ਇਹਨਾਂ ਦੀ ਸੁਣੀ ਗੱਲ ਅਸੀਂ ਹੁਣ ਕੋਈ ਬੋਲ ਕੇ ਦਿਖਾਵੇ ਕਿਉਂਕਿ ਅਗਲੇ ਦਾ ਸਮਾਨ ਵੇਚੀ ਲੇਚ ਲਓ ਭਾਈ ਅਸੀਂ ਤਾਂ ਇੱਧਰ ਵੀ ਆਇਕਾ ਬੂਟਿਆਂ ਵਾਲਾ ਬਾਈ ਓਰੇ ਉਹ ਤੜਕੇ ਕਹਿ ਗਿਆ ਜੀ ਕਹਿੰਦਾ ਤੁਸੀਂ ਸ਼ਰੇਦ ਤੁਲਾਣੀ ਕਰ ਦੋ ਉਹ ਅੱਜ ਵੀ ਅਸੀਂ ਭੁੱਲ ਗਏ ਸ਼ਾਇਦ ਉਹ ਕਰਾਂਗੇ ਵੀ ਜਾਰੀ ਕਿ ਕਬੂਟਾ ਲੈ ਜਾਓ ਇਹਦਾ ਵੀ ਰਜਿਸਟਰ ਨੰਬਰ ਅਸੀਂ ਤਾਂ ਮਦਦ ਕਰਦੇ ਹਾਂ ਕੋਲ ਵੀ ਕਿ ਕਬੂਟੇ ਨਾਲ ਸਾਨੂੰ ਕੀ ਫਰਕ ਪੈਂਦਾ ਨਾਲੇ ਆਏ ਹੋ ਜੂਗੀ ਯਾਦਗਾਰ ਵੀ ਆ ਮੋਰਚਾ ਲੱਗਿਆ ਦੀ ਭਗਵੰਤ ਮਾਨ ਦੀ ਗੋਠੀ ਮੂਰੇ ਇੱਕ ਇੱਕ ਬੂਟਾ ਲਾਓ ਭਾਈ ਫਲਦਰ ਉਹ ਲਾਵਾਂਗੇ ਬਿਲਕੁਲ ਜੀ ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਧਰਨਾ 14ਵੇਂ ਦਿਨ ਵੀ ਲਗਾਤਾਰ ਜਾਰੀ ਆ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਤੁਸੀਂ ਪਹਿਲਾਂ ਇੱਕ ਖਬਰ ਦੇਖੀ ਸੀ ਡ੍ਰੀਮ ਲੈਂਡ ਕਲੋਨੀ ਦੀ ਜਾਨੀ ਕਿ ਡ੍ਰੀਮ ਲੈਂਡ ਕਲੋਨੀ ਦੇ ਵਿੱਚ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਆ ਕਿ ਇੱਕ ਡਾਕਟਰ ਆਏ ਉੱਥੇ ਦੇ ਵਸਨੀਕ ਸਨ ਉਹਨਾਂ ਨਾਲ ਹੋਰ ਵੀ ਮੁਹੱਲਾ ਵਾਸੀ ਆਏ ਕਿ ਵੱਡੀਆਂ ਦਿੱਕਤਾਂ ਆ ਰਹੀਆਂ ਨੇ ਕਿਉਂ ਸਾਨੂੰ ਦਿੱਕਤਾਂ ਇੱਥੇ ਕੋਈ ਮੁੱਖ ਮੰਤਰੀ ਦਾ ਪਰਿਵਾਰ ਨਹੀਂ ਹੈਗਾ ਕੋਈ ਨਹੀਂ ਹੈ ਫਿਰ ਕਿਉਂ ਸਾਨੂੰ ਮੁਹੱਲਾ ਵਾਸੀਆਂ ਨੂੰ ਦਿੱਕਤ ਦਿੱਤੀ ਜਾ ਰਹੀ ਆ ਤਾਂ ਉਸ ਤੋਂ ਬਾਅਦ ਉਗਰਾਹਾਂ ਗਰੁੱਪ ਦਾ ਕਹਿਣਾ ਕਿ ਕਿਸੇ ਵੀ ਪ੍ਰਕਾਰ ਜੀ ਕੋਈ ਦਿੱਕਤ ਨਹੀਂ ਅਸੀਂ ਸਾਰੀਆਂ ਸਹੂਲਤਾਂ ਉਹਨਾਂ ਨੂੰ ਦੇਤੀਆਂ ਸਾਰੀਆਂ ਗੱਡੀਆਂ ਉਹਨਾਂ ਦੀਆਂ ਲੰਗਦੀਆਂ ਨੇ ਉਹਨਾਂ ਲਈ ਗੇਟ ਪੂਰੇ ਖਲਾ ਦੇ ਦਿੱਤੇ ਹਨ ਪਰ ਅਸੀਂ ਲਗਾਤਾਰ ਇਹ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਲਿਖਤੀ ਨਾ ਮੰਨੀਆਂ ਜਾਣ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ